जी ਦੀ ਡੀਵੀਐਨ ਆਰ ਆਈ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡੇ ਨਾਲ ਗੁਰਨੀਤ ਦੋਸਤ ਸਾਡੇ ਨਾਲ ਗੁਰਪ੍ਰੀਤ ਸਿੰਘ ਹੋਗੀ ਤੇ ਮਿਸਟਰ ਮਲਕੀਤ ਰੌਣੀ ਇੱਥੇ ਪ੍ਰੈਜ਼ੈਂਟ ਨੇ ਜੋ ਇੱਕ ਬਹੁਤ ਹੀ ਵੱਡਾ ਵਿਸਾਖੀ ਦੇ ਪੁਰਵ ਤੇ ਇੱਕ ਇਵੈਂਟ ਯੋਗਰਾਜ ਸਿੰਘ ਹੋਰਾਂ ਨੇ ਉਲੇਖਿਆ ਹੈ ਕੋਗੀ ਸਭ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਕਿਸੇ ਨੇ ਬੜਾ ਖੂਬਸੂਰਤ ਲਿਖਿਆ ਹੈ ਕਿ ਬਦਲੇਗਾ ਦੌਰ ਇਹ ਵਕਤ ਕੀ ਬਾਤ ਹੈ ਕਿਆ ਖੁਦਾ ਤੁਹਾਡਾ ਹੈ ਹਮਾਰਾ ਨਹੀਂ ਤੁਹਾਨੂੰ ਕੀ ਲੱਗਦਾ ਹੈ ਵੀ ਦੌਰ ਜਿਹੜਾ ਹੈ ਯਕੀਨਨ ਬਦਲਣਾ ਚਾਹੀਦਾ ਹੈ ਮੈਂ ਇਹਦੇ ਜਵਾਬ ਜਹੀ ਕਹਿ ਸਕਦਾ ਜੀ ਕਿ ਕੁਝ ਦੇਰ ਕੀ ਖਾਮੋਸ਼ੀ ਹੈ फिर शोर आएगा तुम्हारा वक्त आया है हमारा दौर आएगा और मैं एक होर कोट दे नाल ही अगले क्वेश्चन दा आगाज करांगी वो कोट है कि जो अल्लाह जर्फ होते हैं हमेशा झुक के मिलते हैं सुराही सर निगो होके भरा करती है पैमाना कि बाबे नानक दी आइडियोलॉजी ते आज दोबारा चलन दी जरूरत महसूस नहीं हो रही है कि जड़े लोग भरे हुए ने उन्होंने बाकी पैमाने जड़े ने हूबहू भरने चाहिए देखो तुसी कहंदे अज गुरु नानक साहिब दी फिलोसफी ते चलन दी लोड़ है कि नहीं मैं कहना वो केड़ी घड़ी केड़ा समा केड़ा पल है जदों बाबे नानक दी फिलोसफी ते उहनां दे फलसफे ते चलन दी लोड़ नहीं है क्योंकि जीवन का तुम सच्चा मार्ग वो दस के गए ने जे असी उहदे ते चलांगे ते तां ही उस्तत है कहिंदे सच्चे मार्ग चलदे आ उस्तत करे जहान ते जे जहान च परवान चढ़ना ते मार्ग ते सच्चा ही होएगा जे जाना तुसीं आनंदपुर साहब है ते रूट फड़ लोगे तुसीं मतलब बठिंडे वाल नूं जांदा ते नहीं पहुँच सकते ना जी सो सच्चे मार्ग ते चलोगे जहान उस्तत करेगा परमात्मा दे घर टोई मिलेगी गुरप्रीत जी पंजाब दी राजनीति एक नवा रूप इख्तियार करन दे लई काली है तुसी अपना की योगदान समझदे हो इफ यू आर रेडी टू जॉइन दिस वेरी पार्टी व्हाट विल बी योर एजेंडास थोड़े अगले एजेंडास की होंगे बिल्कुल अजे पॉलिटिक्स दिमाग च ही नहीं है जी क्योंकि अजे ध्यान सारा इधर लगा हुआ है इन चीज़ा एक तो कोविड ने बड़ा शदाई किया पे सारे उत्तों अजे किसान मोर्चा चल रहा है अजे पूरे अपने रूस से है लोग संघर्ष लड़ रहे हैं सो इस करके मैं लगता नहीं कि अजे दिस इज़ द राइट टाइम टू टॉक अबाउट पॉलिटिक्स जी ਤਾਂ ਫਿਰ ਵੀ ਜੇ ਆਪਾਂ ਕਿਉਂਕਿ ਲੋਕ ਜਿਹੜੇ ਨੇ ਇੱਕ ਸਿਸਟਮ ਦੇ ਵਿੱਚ ਸੁਧਾਰ ਜਿਹੜਾ ਸਿਸਟਮ ਦੇ ਵਿੱਚ ਐਂਟਰ ਹੋ ਕੇ ਕੀਤਾ ਜਾ ਸਕਦਾ ਸੋ ਯਕੀਨਨ ਸਿਸਟਮ ਦੇ ਵਿੱਚ ਤਾਂ ਐਂਟਰੀ ਜ਼ਰੂਰੀ ਹੈ ਕੀ ਕਹਿਣਾ ਮੈਂ ਬਿਲਕੁਲ ਸਿਆਸਤ ਦੇ ਖਿਲਾਫ ਨਹੀਂ ਹਾਂ ਜੀ ਕਿਉਂਕਿ ਸਿਆਸਤ ਜਿਹੜੀ ਹੈ ਇਹ ਸਿਆਸਤ ਗੰਦੀ ਚੀਜ਼ ਨਹੀਂ ਹੈ ਕੁਝ ਗੰਦੇ ਲੋਕ ਆ ਕੇ ਇਹਨੂੰ ਗੰਦਾ ਕਰ ਦਿੰਦੇ ਨੇ ਸੋ ਸਿਆਸਤ ਰਾਜਨੀਤੀ ਹੈ ਰਣਨੀਤੀ ਰਾਜਨੀਤੀ ਇਹ ਨੀਤੀਆਂ ਨਹੀਂ ਹੋਣਗੀਆਂ ਨਾ ਕੋਈ ਤੁਹਾਡਾ ਰਾਜ ਚੱਲ ਸਕਦਾ ਕੋਈ ਮੁਲਕ ਚੱਲ ਸਕਦਾ ਨਾ ਕੋਈ ਕੌਮ ਚੱਲ ਸਕਦੀ ਹੈ ਨਾ ਹੀ ਤੁਸੀਂ ਜ਼ਿੰਦਗੀ 'ਚ ਕਿਸੇ ਦਿਸ਼ਾ ਵੱਲ ਜਾ ਸਕਦੇ ਹੋ ਰਣਨੀਤੀ ਤਾਂ ਇਹ ਹੁੰਦੀ ਨਾ ਅਸੀਂ ਜਦੋਂ ਘਰੋਂ ਵੀ ਤੁਰਦੇ ਹਾਂ ਤਾਂ ਲੋਕ ਹੁਣ ਤਾਂ ਚਲੋ GPS ਚੱਲ ਪਏ ਪੁੱਛ ਕੇ ਚੱਲਦੇ ਹੁੰਦੇ ਸੀ ਵੀ ਇੱਥੋਂ ਜਾਏਗਾ ਤਾਂ ਫਲਾਣੇ ਮੋੜ ਤੋਂ ਕੈਂਚੀਆਂ ਤੋਂ ਇੱਧਰ ਮੁੜ ਜੀ ਉੱਥੇ ਇੱਕ ਦੁਕਾਨ 'ਤੇ ਰੁਕੇਗਾ ਤਾਂ ਉਹਨੂੰ ਪੁੱਛ ਲਈ ਤੈਨੂੰ ਦੱਸੇਗਾ ਉੱਪਰ ਦੀ ਰਸਤਾ ਜਾਂਦਾ ਸੋ ਇੱਕ GPS ਹੈ ਸੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਮਾਜ ਲਈ ਵੀ ਇੱਕ GPS ਤਿਆਰ ਕਰਨਾ ਪੈਂਦਾ ਉਹ ਰਾਜਨੀਤਿਕ ਜਿਹੜੇ ਲੋਕਾਂ ਨੇ ਹੀ ਕਰਨਾ ਹੁੰਦਾ ਉਹ ਕਰਪਟ ਹੋਣਗੇ ਤਾਂ ਗੰਦੇ ਰਸਤੇ ਬਣਾ ਦੇਣਗੇ ਉਹ ਚੰਗੇ ਆ ਜਾਣਗੇ ਤਾਂ ਸਹੀ ਰਸਤੇ ਬਣ ਜਾਣਗੇ ਸਾਡੇ ਕੋਲ ਬਹੁਤ ਘੱਟ ਸਮਾਂ ਰਹਿ ਗਿਆ ਇਟਸ ਓਨਲੀ 8 to 9 months ਤੇ ਬੜੀ ਜਲਦੀ ਸਾਨੂੰ ਜਿਹੜੇ ਕਦਮ ਨੇ ਵਧਾਉਣੇ ਪੈਣਗੇ ਨਹੀਂ ਤਾਂ ਫਿਰ ਸਾਨੂੰ ਇੱਕ ਲੰਬਾ ਸਮਾਂ ਵੇਟ ਕਰਨਾ ਪਏਗਾ ਹਾਂ ਬਿਲਕੁਲ ਜੀ ਮੈਨੂੰ ਲੱਗਦਾ ਕਿ ਇਹਦਾ ਇੱਕ ਕਾਰਨ ਬਹੁਤ ਵੱਡਾ ਕਾਰਨ ਕਰੋਨਾ ਵੀ ਹੈ ਵਰਨਾ ਪੋਲੀਟੀਕਲ ਸਰਗਰਮੀਆਂ ਬੜੀ ਦੇਰ ਪਹਿਲਾਂ ਸ਼ੁਰੂ ਹੋ ਜਾਂਦੀਆਂ ਲੋਕਾਂ ਦਾ ਆਉਣਾ ਜਾਣਾ ਜਿਹੜਾ ਇੱਕ ਦੂਜੇ ਵੱਲ ਲੋਕਾਂ ਦੇ ਕਨਸੈਪਟ ਜਿਹੜੇ ਨੇ ਕੀ ਨੇ ਮਾਈਂਡ ਦੇ ਕਲੀਅਰ ਹੋਣੇ ਸ਼ੁਰੂ ਹੋ ਜਾਂਦੇ ਪਰ ਕੋਵਿਡ ਨੇ ਬਹੁਤ ਇਹਨੂੰ ਡਿਲੇ ਕਰ ਦਿੱਤਾ ਆਲਰੇਡੀ ਅਤੇ ਮੈਨੂੰ ਲੱਗਦਾ ਪੋਲੀਟੀਕਲ ਪਾਰਟੀਆਂ ਹੁਣ ਪੱਬਾਂ ਪਾਰ ਹੋ ਗਈਆਂ ਨੇ ਸਾਰੀਆਂ ਹੀ ਆਪੋ ਆਪਣੀ ਸਾਰੀ ਵਿਵਸਥਾ ਕਰ ਰਹੇ ਨੇ ਸੋ ਇਹੀ ਕਿਹਾ ਜਾ ਸਕਦਾ ਕਿ ਮੈਂ ਕਿਸੇ ਨਾਲ ਸਾਡਾ ਕੋਈ ਸਾਂਝ ਨਹੀਂ ਕੋਈ ਲੜਾਈ ਨਹੀਂ ਪਰ ਜੋ ਵੀ ਆਵੇ ਪੰਜਾਬ ਦੀ ਲੜਾਈ ਸਾਡੀ ਹੋਂਦ ਦੀ ਹੈ ਨਹੀਂ ਮੈਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰ ਰਿਹਾ ਵੀ ਸਾਡੀ ਜਿਹੜੀ ਇਸ ਵੇਲੇ ਕਿਸੇ ਪਾਰਟੀ ਨਾਲ ਕੋਈ ਨਹੀਂ ਵੀ ਅਸੀਂ ਕਿਸੇ ਦੇ ਖਿਲਾਫ ਹਾਂ ਜਾਂ ਕਿਸੇ ਦੇ ਹੱਕ 'ਚ ਜਿਹੜੀ ਵੀ ਪਾਰਟੀ ਆਵੇ ਪੰਜਾਬ ਦੀ ਬਿਹਤਰੀ ਲਈ ਆਵੇ ਪੰਜਾਬ ਦਾ ਭਲਾ ਕਰਨ ਲਈ ਆਵੇ ਥੈਂਕ ਯੂ ਸੋ ਮੱਚ ਹਾਂਜੀ ਕੈਨ ਆਈ ਹੈਵ ਯੂ ਵਰਡਸ ਪਲੀਜ਼ ਸਰ ਮੁਬਾਰਕ ਮੁਬਾਰਕਬਾਦ ਤੁਸੀਂ ਵਿਸਾਖੀ ਦੇ ਦਿਹਾੜੇ ਤੇ ਅੱਜ ਇੱਥੇ ਪਹੁੰਚੇ ਔਰ ਕੀ ਕਹੋਗੇ ਇਸ ਈਵੈਂਟ ਦੇ ਬਾਰੇ ਜੋ ਖਾਸ ਤੌਰ ਤੇ ਯੋਗਰਾਜ ਸਿੰਘ ਵੱਲੋਂ ਲਿਖਿਆ ਗਿਆ ਦੇਖੋ ਅਸੀਂ ਕਲਾਕਾਰਾਂ ਤੇ ਸਾਡੀ ਕਲਾਕਾਰਾਂ ਜਥੇਬੰਦੀਆਂ ਨੇ ਜਦੋਂ ਸੰਘਰਸ਼ ਸ਼ੁਰੂ ਕੀਤਾ ਇੱਥੇ 7-8 ਮਹੀਨੇ ਪਹਿਲਾਂ ਉਦੋਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜੇ ਕਲਾਕਾਰ ਲੋਕ ਨੇ ਦੇ ਫਾਲੋਅਰਸ ਨੇ ਜਿਹੜੇ ਯੰਗ ਜਨਰੇਸ਼ਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਹੱਕਾਂ ਦੀ ਲੜਾਈ ਹੈ ਇਹ ਸਾਡੀ ਆਰਥਿਕਤਾ ਦੀ ਲੜਾਈ ਹੈ ਸਾਡੇ ਅੰਨਦਾਤਿਆਂ ਦੀ ਲੜਾਈ ਹੈ ਸੋ ਤੁਹਾਨੂੰ ਚਾਹੀਦਾ ਕਿ ਤੁਸੀਂ ਜਿਹੜੀ ਯੰਗ ਜਨਰੇਸ਼ਨ ਉਹਨੂੰ ਅਵੇਅਰ ਕਰੋ ਸੋ ਅੱਜ ਸਾਡੇ ਸਾਰੇ ਸਾਥੀ ਜਿਹੜੇ ਕਲਾਕਾਰ ਨੇ ਚਾਹੇ ਉਹ ਸਿੰਗਰਸ ਹੋਣ ਚਾਹੇ ਅਦਾਕਾਰ ਹੋਣ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਜਵਾਨੀ ਨੂੰ ਜਾਗਰੂਕ ਕੀਤਾ ਹੈ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਹੈ ਕਿ ਇਹ ਲੜਾਈ ਬਜ਼ੁਰਗਾਂ ਦੀ ਨਹੀਂ ਹੈ ਬਜ਼ੁਰਗਾਂ ਨੇ ਆਪਣੀਆਂ ਅੱਧੀਆਂ ਤੋਂ ਵੱਧ ਉਮਰਾਂ ਹੰਢਾ ਲਈਆਂ ਇਹ ਲੜਾਈ ਨੌਜਵਾਨਾਂ ਦੀ ਹੈ ਬੱਚਿਆਂ ਦੀ ਹੈ ਜਿਨ੍ਹਾਂ ਨੇ ਲੰਬਾ ਸਮਾਂ ਇਸ ਧਰਤੀ ਉੱਤੇ ਜਿਉਣਾ ਹੈ ਲੰਬਾ ਸਮਾਂ ਇੱਥੇ ਨਿਰਵਾਹ ਕਰਨਾ ਆਪਣੀ ਜ਼ਿੰਦਗੀ ਦਾ ਸੋ ਮੈਂ ਅਸੀਂ ਤਾਂ ਆਪਣਾ ਉਹ ਕੰਮ ਕਰ ਰਹੇ ਹਾਂ ਜੀ ਕਲਾਕਾਰ ਦਾ ਕੰਮ ਤਾਂ ਕਹਿੰਦੇ ਹੋਕਾ ਦੇਣਾ ਹੁੰਦਾ ਚੌਂਕੀਦਾਰ ਬੰਗਸਾਰ ਅਸੀਂ ਹੋਕਾ ਦੇ ਰਹੇ ਹਾਂ ਜਿਨ੍ਹਾਂ ਨੂੰ ਚੰਗਾ ਲੱਗਦਾ ਹੋਕਾ ਸੁਣ ਕੇ ਉਹ ਆਪਣੇ ਹੱਕਾਂ ਲਈ ਜ਼ਰੂਰ ਉੱਠਣਗੇ ਅਤੇ ਇੱਕ ਸੰਘਰਸ਼ ਨੂੰ ਅੱਗੇ ਲੈ ਕੇ ਜਾਣਗੇ
हालांकि मेरे घर जो कोई बच्चा नहीं सी, मैंने पता लगा कि फादर की होंगे। असं समाज रेंदे हुए अलग अलग कलाकारी करते अलग अलग रोल निभाते हैं तो सानू अलग अलग जिंदगी जीने का मौका मिलता है। सो असी जिंदगी बहुत नेड़ों देखते हैं, नेड़ों बाचते हैं। सो जिमें कहते हैं कि कलाकार एक जिंदगी का शीशा होंगे, असी लोगों अगर वह शीशा दिखाना होंगे कि थोड़ी जी रियलिटी आ हो जा रही है आने। असं दूर अंदेश लोग होंगे, थोड़ी अगली गल सोचते हैं। सो असी लोगों को दसने की कोशिश करते हैं कि आने वाला समा यह जहाँ समा आ रहा आ हो रहा थोड़ी जनरेशन लिए आ प्रॉब्लम्स आ सकती ने। सो उस जो संजीदा लोग होंगे ने उस गल फॉलो करते हैं अगे लैके जाते हैं। सो ये सा ड्यूटी है जी। कि तुम समझते हो आर्टिस्ट वास्ते ये जरूरी है और लोगों के वास्ते आर्टिस्ट को समझना बड़ा जरूरी हो जाता है, क्योंकि जो आर्टिस्ट को प्यार करते होंगे जो आर्टिस्ट कोई गल कहता तो वो गल उस तरह ही लिया जाता है एज इट इज। बिल्कुल सही गल है, बहुत बहुत गिनती लोग एज इट लेंदी है, पर कुछ लोग शरारती भी होंगे ने समाज, हर तरह के लोग होंगे ने, कोई गलत बात बोली करते हैं, साड़ियाँ पोस्ट जो होंगे ने उस कट के वॉयस कट के वह कट करके कुछ पा देंगे ने कुछ चीज़ें यह जी। सो हर तरह समाज में कहने समाज में राम भी सी रावण भी सी, अच्छाई तो बुराई बराबर चलती है। सो अज इस विसाखी के मौके पर कट्टे हुए नवे समाज की संकल्पना गुरु गोबिंद साहब ने की सी, इस दी सब बहुत बहुत मुबारक। वन लास्ट क्वेश्चन सर, कमिंग टू द पॉइंट, आज विसाखी के इवेंट पर तुम आए हो और लोगों का रो किस तरह का लग रहा है और एक खास तरह की बंदा ना एक मैंटेलिटी सिरज के इतों जाता है, सो तुम इतों की समझ के और सिरज के जा रहे हो? नहीं देखो गल यह है, जिन्नी बार भी विसाखी आई, विसाखी का मतलब साल की टर्नओवर भी कहो, पर विसाखी का एक दिहाड़ा इतिहासक दिहाड़ा इस करके मनाया जाता है भी 1699 की विसाखी को गुरु गोबिंद सिंह ने नवे समाज की संकल्पना लिया नरवा समाज सरजन की गल की इतने आनंदपुर साहब की धरती से 1919 के विसाखी आई तो जिलेवाले बाग का कांड होया। यह विसाखी साढ़े लिए हर साल एक नवा संकल्प है कि आने वाले दौर दियां मुश्किलां ने असीं उन्हां लई किवें तैयार होना। थैंक यू सो मच। ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ nrimb.com ਤੇ।